ਸਤਿ ਸ਼੍ਰੀ ਅਕਾਲ ਦੋਸਤੋ, ਸਾਡੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ। ਅੱਜ ਦਾ ਆਪਣਾ ਵਿਸ਼ਾ ਹੈ ਜਪਜੀ ਸਾਹਿਬ ਜੀ ਦੀ ਬਾਣੀ ਵਿੱਚ ਕੀ ਬਖਸ਼ਿਸ਼ ਹੈ। ਦੋਸਤੋ, ਇਸ ਵੀਡੀਓ ਵਿੱਚ ਤੁਹਾਡੇ ਨਾਲ ਇਤਿਹਾਸ ਦੀ ਸਾਂਝ ਕਰਾਂਗੇ ਕਿ ਜਪਜੀ ਸਾਹਿਬ ਦੀ ਬਾਣੀ ਪੜ੍ਹਨ ਦੇ ਕੀ ਕੀ ਲਾਭ ਹਨ, ਕਿਵੇਂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਾਣੀ ਸੁਣ ਕੇ ਆਪਣੇ ਭਾਈ ਗੋਪਾਲਾ ਜੀ ਨੂੰ ਗੁਰੂ ਨਾਨਕ ਦੇਵ ਜੀ ਦੀ ਗੱਦੀ ਦਾ ਵਾਰਸ ਬਣਾਉਣ ਦਾ ਮਨ ਬਣਾਇਆ। ਸਾਰਾ ਇਤਿਹਾਸ ਤੁਹਾਡੇ ਨਾਲ ਸਾਂਝਾ ਕਰਾਂਗੇ। ਆਓ ਚੱਲਦੇ ਹਾਂ ਅੱਜ ਦੇ ਵਿਸ਼ੇ ਵੱਲ। ਜਪਜੀ ਸਾਹਿਬ ਦੀ ਬਾਣੀ ਵਿੱਚ ਕੀ ਬਖਸ਼ਿਸ਼ ਹੈ? ਦੋਸਤੋ, ਗੁਰੂ ਇਤਿਹਾਸ ਤੇ ਨਜ਼ਰ ਮਾਰੀਏ ਤਾਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਸਮੇਂ ਦੀ ਸਾਖੀ ਸਾਹਮਣੇ ਆਉਂਦੀ ਹੈ। ਗੁਰੂ ਸਾਹਿਬ ਨੇ ਹੁਕਮ ਕੀਤਾ ਕਿ ਕੋਈ ਸਾਨੂੰ ਜਪਜੀ ਸਾਹਿਬ ਦਾ ਪਾਠ ਚਿੱਤ ਜੋੜ ਕੇ ਸੁਣਾਵੇ। ਭਾਈ ਗੋਪਾਲਾ ਜੀ ਨੇ ਚਿੱਤ ਜੋੜ ਕੇ ਸ੍ਰੀ ਜਪਜੀ ਸਾਹਿਬ ਜੀ ਦਾ ਪਾਠ ਗੁਰੂ ਸਾਹਿਬ ਨੂੰ ਸਰਵਣ ਕਰਵਾਇਆ ਤਾਂ ਛੇਵੇਂ ਪਾਤਸ਼ਾਹ ਜੀ ਨੇ ਭਾਈ ਗੋਪਾਲਾ ਜੀ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਘਰ ਦੀ ਗੁਰਤਾ ਗੱਦੀ ਦੇਣ ਦਾ ਮਨ ਬਣਾ ਲਿਆ। ਇਸ ਤੋਂ ਵੱਡਾ ਮਹੱਤਵ ਹੋਰ ਕੀ ਹੋ ਸਕਦਾ ਹੈ? ਕਿਉਂਕਿ ਗੁਰੂ ਨਾਨਕ ਦੇ ਘਰ ਦੀ ਗੁਰਗੱਦੀ ਹੀ ਸਭ ਤੋਂ ਉੱਤਮ ਹੈ। ਜਪਜੀ ਸਾਹਿਬ ਦੀ ਬਾਣੀ ਨਾਲ ਦਸਮ ਦੁਆਰ ਖੁੱਲ੍ਹਦੇ ਹਨ, ਅਗਲੀਆਂ ਮੰਜ਼ਲਾਂ ਮਿਲਦੀਆਂ ਹਨ। ਇਹ ਬਾਣੀ ਸਾਡੇ ਪੜਦੇ ਢੱਕਦੀ ਹੈ। ਬਾਣੀ ਪੜਨ ਨਾਲ ਸਰੀਰ ਨੂੰ ਬਲ ਮਿਲਦਾ ਹੈ। ਕਲਗੀਧਰ ਦਸਮ ਪਿਤਾ ਜੀ ਕਹਿੰਦੇ ਹਨ ਕਿ ਸਿੱਖ ਜਪਜੀ ਸਾਹਿਬ ਦੀ ਬਾਣੀ ਨਾਲ ਪ੍ਰੀਤ ਪਾ ਲਵੇ ਤਾਂ ਉਸ ਦੀ ਅਵਸਥਾ ਇੰਨੀ ਉੱਚੀ ਹੋ ਜਾਂਦੀ ਹੈ ਕਿ ਦਰਗਾਹ ਵਿੱਚ ਨਿਸੰਗ ਹੋ ਕੇ ਜਾਂਦਾ ਹੈ। ਕਿ ਜਪਜੀ ਸਾਹਿਬ ਦੀ ਪੜ੍ਹੀ ਬਾਣੀ ਦਾ ਲਾਭ ਇਸ ਜਨਮ ਵਿੱਚ ਤੁਹਾਡੇ ਕੰਮ ਸਵਾਰਦਾ ਤੇ ਗਾਲੇ ਜਨਮ ਵਿੱਚ ਵੀ ਤੁਹਾਡੇ ਕਾਰਜ ਸਵਾਰਦਾ। ਜਪਜੀ ਸਾਹਿਬ ਬਾਰੇ ਕਲਗੀਧਰ ਪਿਤਾ ਜੀ ਨੇ ਵਡਿਆਈ ਕਰਦੇ ਇਹ ਵੀ ਕਹਿ ਦਿੱਤਾ, ਭਾਈ ਜਿਵੇਂ ਠਾਕਰ ਨੇ ਧੰਨੇ ਭਗਤ ਦੀਆਂ ਗਊਆਂ ਚਾਰੀਆਂ, ਗੁਰੂ ਨਾਨਕ ਸਤਿਗੁਰ ਵੀ ਸਾਰੇ ਕੰਮ ਸਵਾਰੇਗਾ ਜੇ ਤੂੰ ਜਪਜੀ ਸਾਹਿਬ ਨਾਲ ਪ੍ਰੀਤ ਪਾ ਲਵੇਗਾ। ਦੋਸਤੋ, ਇਹ ਸੀ ਅੱਜ ਦੀ ਵੀਡੀਓ, ਕਿਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ, ਗੁਰੂ ਗੋਬਿੰਦ ਸਿੰਘ ਜੀ ਨੇ ਜਪਜੀ ਸਾਹਿਬ ਨੂੰ ਵਡਿਆਇਆ। ਵੀਡੀਓ ਪਸੰਦ ਆਈ ਹੋਵੇ ਲਾਈਕ ਔਰ ਸ਼ੇਅਰ ਕਰਨਾ ਨਾ ਭੁੱਲਣਾ। ਸਾਡੇ ਚੈਨਲ 'ਤੇ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਵੀਡੀਓ ਹਨ, ਚੈਨਲ 'ਤੇ ਵਿਜ਼ਿਟ ਕਰਕੇ ਤੁਸੀਂ ਵੀਡੀਓ ਵੇਖ ਸਕਦੇ ਹੋ। ਵੀਡੀਓ ਵੇਖਣ ਲਈ ਧੰਨਵਾਦ।